ਰਾਜਾ ਵੜਿੰਗ ਸਿੱਧੂ ਦੇ ਉੱਤੇ ਹਮਲਾਵਰ ਹੁੰਦੇ ਹੋਏ ਹੁਣ ਸਿੱਧਾ ਸਿੱਧੇ ਤੌਰ ਦੇ ਉੱਤੇ ਨਜ਼ਰ ਆ ਰਹੇ ਨੇ ਤੇ ਰਾਜਾ ਵੜਿੰਗ ਨੇ ਇੱਕ ਵਾਰ ਮੁੜ ਤੋਂ ਜ਼ਿਕਰ ਕੀਤਾ, ਨਾਮ ਨਹੀਂ ਲੈ ਰਹੇ ਸਿੱਧੂ ਦਾ ਫਿਲਹਾਲ, ਪਰ ਰਾਜਾ ਵੜਿੰਗ ਕਹਿ ਰਹੇ ਨੇ ਕਿ ਕੋਈ ਕਿਸੇ ਨੂੰ ਕਮਜ਼ੋਰ ਨਾ ਸਮਝੇ। ਕਈ ਵਾਰ ਕਮਜ਼ੋਰ ਸਮਝੇ ਜਾਣ ਵਾਲੇ ਵੱਡਾ ਟੀਕਾ ਲਗਾਉਂਦੇ ਨੇ। ਸਿੱਧੂ ਦੇ 80-20 ਵਾਲੇ ਬਿਆਨ 'ਤੇ ਵੀ ਜਵਾਬ ਦਿੱਤਾ ਗਿਆ ਅਤੇ ਕਿਹਾ ਕਿ ਸਿੱਧੂ ਰੰਗ ਦੇ ਵਿੱਚ ਭੰਗੜਾ ਪਾਉਣ। ਸਿੱਧੂ ਕੱਲ੍ਹ ਨੂੰ 90-10 ਦੀ ਗੱਲ ਕਰਨਗੇ, 80-20 ਜਾਂ 90-10 'ਤੇ ਸਿੱਧੂ ਹੀ ਜਵਾਬ ਦੇ ਸਕਦੇ ਨੇ। ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ 75-25 ਤੋਂ ਕਿਹਾ ਗਿਆ ਕਿ ਹੁਣ 80-20 ਵਾਲਾ ਕੰਮ ਚੱਲ ਰਿਹਾ ਹੈ, ਤਾਂ ਇੱਕ ਤਰੀਕੇ ਦੇ ਨਾਲ ਆਪਣੀ ਪਾਰਟੀ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਦਿੱਤਾ ਗਿਆ। 75-25 ਅਤੇ 80-20 ਦਾ ਮਤਲਬ ਕੀ ਹੈ, ਉਹ ਵੀ ਆਪਾਂ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ। ਇਹ ਇਲਜ਼ਾਮ ਲੱਗਦੇ ਨੇ ਕਿ 80-20 ਦੇ ਹਿਸਾਬ ਦੇ ਨਾਲ ਕੰਮ ਹੋ ਰਿਹਾ ਹੈ, ਕਿ 80% ਹਿੱਸਾ ਜਿਹੜੀ ਸੱਤਾ ਧਿਰ ਹੁੰਦੀ ਹੈ ਉਸਦਾ, 20% ਜਿਹੜੀ ਵਿਰੋਧੀ ਧਿਰ ਆ ਉਸਦਾ, ਕਿ ਇਸ ਤਰੀਕੇ ਨਾਲ ਸੈਟਿੰਗ ਕਰਕੇ ਕੰਮ ਕੀਤਾ ਜਾ ਰਿਹਾ ਹੈ। ਇਹ ਨਵਜੋਤ ਸਿੰਘ ਸਿੱਧੂ ਬਿਆਨ ਦਿੰਦੇ ਨੇ ਔਰ ਇਲਜ਼ਾਮ ਲਗਾਉਂਦੇ ਨੇ, ਹਾਲਾਂਕਿ ਉਹਨਾਂ ਦਾ ਬਿਆਨ 75-25 80-20 ਤੱਕ ਹੀ ਸੀਮਿਤ ਹੁੰਦਾ ਹੈ, ਪਰ ਹੁਣ ਰਾਜਾ ਵੜਿੰਗ ਵੀ ਸਿੱਧੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਹ ਕਹਿ ਰਹੇ ਨੇ ਕਿ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ। 80-20 ਦੀ ਗੱਲ ਕਰ ਲੈ, 10 ਕੱਲ ਨੂੰ ਹੋ ਸਕਦਾ ਉਹ ਫਿਰ ਗੱਲ ਕਰਨ ਲੱਗ ਪੈਣ ਕਿ 10-90। ਉਹ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਜਾਵੇ ਕੀ ਗੱਲ ਹੈ, ਮੇਰੇ ਨਾਲ ਤਾਂ ਮੇਰੀ ਗੱਲ ਕਰੀ ਜਾਵੇ, ਉਹ ਕਿਹੜੇ 75-25 ਦੀ ਗੱਲ ਕਰ ਰਿਹਾ, ਕਿਹੜੇ 80-20 ਦੀ ਗੱਲ ਕਰ ਰਿਹਾ, ਕਿਹੜੇ ਹੁਣ ਉਸ ਤੋਂ ਬਾਅਦ ਕੱਲ ਨੂੰ ਪਤਾ ਨਹੀਂ ਕੀ ਹੋਣਾ, ਕੀ ਕਹਿਣਾ। ਸੋ ਮੈਂ ਆਪਣੀ ਗੱਲ ਕਰਨਾ ਚਾਹਾਂਗਾ ਔਰ ਮੈਂ ਇਹੀ ਕਹਾਂਗਾ ਕਿ ਬਈ ਸਾਰਾ ਰੰਗ ਚ ਭੰਗ ਨਹੀਂ ਪਾਉਣੀ ਚਾਹੀਦੀ, ਕਿਸੇ ਵਿਅਕਤੀ ਨੂੰ ਵੀ ਇਜਾਜ਼ਤ ਨਹੀਂ ਹੈ। ਔਰ ਅਗਰ ਕੋਈ ਰੰਗ ਚ ਭੰਗ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਖਮਿਆਜਾ ਭੁਗਤਣਾ ਪਏਗਾ। ਕੋਈ ਵੀ ਕਮਜ਼ੋਰ ਨਹੀਂ ਹੈ, ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ। ਕਈ ਵਾਰੀ ਬੰਦਾ ਸਮਝਦਾ ਕਿ ਕਮਜ਼ੋਰ ਹੈ, ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ। ਕਈ ਵਾਰੀ ਜਿਹਨੂੰ ਕਮਜ਼ੋਰ ਸਮਝਿਆ ਜਾਂਦਾ ਫਿਰ ਉਹ ਐਸਾ ਟੀਕਾ ਲਾਉਂਦੇ ਆ ਫਿਰ ਬੰਦਾ ਲੱਭਿਆ ਨਹੀਂ ਪਿਆਉਂਦਾ। ਤਾਂ ਤਲਕ ਬਿਆਨਬਾਜ਼ੀ ਤਾਂ ਹੁਣ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਹੀ ਹੈ। ਨਵਜੋਤ ਸਿੰਘ ਸਿੱਧੂ ਨੂੰ ਇੱਕ ਤਰੀਕੇ ਨਾਲ ਸੁਨੇਹਾ ਦੇ ਰਹੇ ਨੇ ਕਿ ਕਮਜ਼ੋਰ ਨਾ ਸਮਝੋ ਰਾਜਾ ਵੜਿੰਗ ਨੂੰ, ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ, ਟੀਕਾ ਵੱਡਾ ਲਗਾ ਦਿੱਤਾ ਜਾਂਦਾ ਹੈ। ਹੁਣ ਇਹ ਟੀਕਾ ਵੱਡਾ ਕਿਹੜਾ ਹੋ ਸਕਦਾ ਹੈ, ਰਾਜਾ ਵੜਿੰਗ ਦੀ ਭਾਸ਼ਾ 'ਚ ਇਹ ਟੀਕਾ ਵੱਡਾ ਕਿਹੜਾ ਹੋਏਗਾ, ਇਹ ਆਉਣ ਵਾਲੇ ਦਿਨਾਂ 'ਚ ਸਾਫ਼ ਹੋਏਗਾ। ਪਰ ਜਦੋਂ ਕਾਂਗਰਸ ਦੇ ਅੰਦਰ ਇਲੈਕਸ਼ਨ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਖਾਨਾ ਜੰਗੀ ਨਜ਼ਰ ਆਵੇ, ਧੜੇਬੰਦੀ ਨਜ਼ਰ ਆਵੇ, ਫਿਰ ਫਰਕ ਤਾਂ ਪੈਂਦਾ ਹੈ। ਉੱਧਰ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਹੁਸ਼ਿਆਰਪੁਰ ਦੇ ਵਿੱਚ 4,000 ਕਰੋੜ ਦੇ 29 ਪ੍ਰੋਜੈਕਟਾਂ ਦਾ ਆਗਾਜ਼ ਕੀਤਾ। ਇਸ ਮੌਕੇ ਤੇ ਗਡਕਰੀ ਨੇ ਕਈ ਪ੍ਰੋਜੈਕਟਾਂ ਦਾ ਐਲਾਨ ਕੀਤਾ, ਜਿਸ ਦੇ ਵਿੱਚ ਲੁਧਿਆਣਾ ਤੋਂ ਬਠਿੰਡਾ ਤੱਕ ਗ੍ਰੀਨ ਫੀਲਡ ਹਾਈਵੇ ਬਣਾਇਆ ਜਾਣਾ ਸ਼ਾਮਿਲ ਹੈ, ਜੋ ਕਿ 75 ਕਿਲੋਮੀਟਰ ਲੰਬਾ ਹੋਵੇਗਾ। ਇਸ ਤੋਂ ਬਾਅਦ ਲੁਧਿਆਣਾ ਤੋਂ ਬਠਿੰਡਾ ਦੀ ਦੂਰੀ 45 ਮਿੰਟ ਦੇ ਵਿੱਚ ਤੈਅ ਹੋ ਜਾਵੇਗੀ। ਭਾਰਤ ਮਾਲਾ ਪਰਿਯੋਜਨਾ ਮੇ ਫੇਜ਼ 1 ਮੇ 1,00,000 ਕਰੋੜ ਕੀ ਲਾਗਤ ਸੇ 2,160 ਕਿਲੋਮੀਟਰ ਕੇ ਗ੍ਰੀਨ ਫੀਲਡ ਐਕਸਪ੍ਰੈਸ ਵੇ, ਇਕੋਨੋਮਿਕ ਕੋਰੀਡੋਰ ਏਵਮ ਹਾਈਵੇ ਕਾ ਵੀ ਨਿਰਮਾਣ ਕੀਆ ਜਾਏਗਾ। ਉੱਥੇ ਗਡਕਰੀ ਦੇ ਇਸ ਪ੍ਰੋਗਰਾਮ ਦੇ ਵਿੱਚ ਸੀਐਮ ਭਗਵੰਤ ਮਾਨ ਨਹੀਂ ਪਹੁੰਚੇ ਤਾਂ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਚੁੱਕੇ। ਗਡਕਰੀ ਸਾਹਿਬ ਕਦੇ ਕਿਸੇ ਨੂੰ ਮਨਾ ਕਰਦੇ ਹੀ ਨਹੀਂ, ਅੱਜ ਉਹ ਵੀ ਇੱਥੇ ਆ ਕੇ ਚਲੇ ਗਏ ਸਭ। ਮੈਂ ਸਾਰੇ MPs ਨੂੰ ਸਾਰਿਆਂ ਨੂੰ ਇੱਥੇ ਦੇਖਿਆ, ਜਦੋਂ ਪਤਾ ਲੱਗਿਆ ਵੀ ਚੀਫ ਮਿਨਿਸਟਰ ਸਾਹਿਬ ਨਹੀਂ ਆ ਰਹੇ, ਉਹ ਵੀ ਰਫੂ ਚੱਕਰ ਹੋ ਗਏ। ਸੀਐਮ ਤੋਂ ਇਲਾਵਾ ਜਲੰਧਰ ਤੋਂ ਲੋਕ ਸਭਾ MP ਸੁਸ਼ੀਲ ਰਿੰਕੂ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ETO, ਬ੍ਰਹਮਸ਼ੰਕਰ ਜਿੰਪਾ, ਹਰਜੋਤ ਬੈਂਸ, ਕਾਂਗਰਸ ਦੇ MP ਮਨੀਸ਼ ਤਿਵਾੜੀ, ਜਸਬੀਰ ਗਿੱਲ, ਸੁਖਬੀਰ ਸਿੰਘ ਬਾਦਲ, ਮੁਹੰਮਦ ਸਦੀਕ, MP ਹਰਭਜਨ ਸਿੰਘ, ਰਵਨੀਤ ਬਿੱਟੂ, ਅਸ਼ੋਕ ਮਿੱਤਲ ਅਤੇ ਸੰਤ ਸੀਚੇਵਾਲ ਨੂੰ ਵੀ ਪ੍ਰੋਗਰਾਮ ਦਾ ਸੱਦਾ ਦਿੱਤਾ ਗਿਆ ਸੀ, ਪਰ ਇਹਨਾਂ ਦੇ ਵਿੱਚੋਂ ਵੀ ਕੋਈ ਨਹੀਂ ਪਹੁੰਚਿਆ। ਉਧਰ ਹਰਿਆਣਾ ਸਰਕਾਰ ਨੇ ਅਯੋਧਿਆ ਜਾਣ ਦੇ ਚਾਹਵਾਨ ਲੋਕਾਂ ਦੇ ਲਈ ਸਪੈਸ਼ਲ ਟ੍ਰੇਨ ਦੀ ਸ਼ੁਰੂਆਤ ਕੀਤੀ।
ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਦੱਸਿਆ ਕਿ 9 ਫਰਵਰੀ ਤੋਂ ਇਹ ਰੇਲ ਸੇਵਾ ਸ਼ੁਰੂ ਹੋਵੇਗੀ। 9 ਫਰਵਰੀ ਕੋ ਯਹਾਂ ਸੇ ਜਨਤਾ ਜੋ ਜਾਏਗੀ ਉਸਕੇ ਲਈ ਹਮ ਸਪੈਸ਼ਲ ਟ੍ਰੇਨੇ ਕਰਾਂਗੇ ਤਾਂ ਕਿ ਜਨਤਾ ਕੁਛ ਲੋਕੋ ਕੋ ਤੋ ਉਸਮੇ ਹਮਾਰੀ ਜੋ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਹੈ ਤੀਰਥ ਦਰਸ਼ਨ ਯੋਜਨਾ ਉਸਕੇ ਅੰਦਰ ਫ੍ਰੀ ਵੀ ਲੈ ਜਾਏਗੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਰਾਸ਼ਟਰਪਤੀ ਨੂੰ ਫਰੀਦਾਬਾਦ ਦੇ ਵਿੱਚ ਲੱਗਣ ਵਾਲੇ ਸੂਰਜ ਕੁੰਡ ਕ੍ਰਾਫਟਸ ਮੇਲੇ ਦੇ ਲਈ ਸੱਦਾ ਵੀ ਦਿੱਤਾ। ਅੱਜ ਮੈਂ ਨਿਮੰਤਰਣ ਪੱਤਰ ਇੱਕ ਪ੍ਰਕਾਰ ਸੇ ਲੇਕਰ ਕੇ ਉਨਕੇ ਪਾਸ ਗਿਆ ਥਾ ਔਰ ਉਨ੍ਹੋਂਨੇ ਨਿਮੰਤਰਣ ਪੱਤਰ ਲਿਆ ਔਰ ਬਾਅਦ ਮੇਂ ਸਹਰਸ਼ ਉਨ੍ਹੋਂਨੇ ਸਵੀਕਾਰ ਕੀਆ ਕਿ 2 ਫਰਵਰੀ ਕੋ ਔਰ ਉਦਘਾਟਨ ਕੇ ਅਵਸਰ ਪਰ ਸੂਰਜ ਕੁੰਡ ਮੇਲਾ ਮੇਂ ਵੋ ਆਏਂਗੇ। 2 ਫਰਵਰੀ ਤੋਂ ਫਰੀਦਾਬਾਦ ਦੇ ਨੇੜੇ ਇਸ ਮੇਲੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਉਧਰ ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੀ ਲੋਕਪਾਲ ਨੇ ਕਾਰਨ ਦੱਸੋ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਹੈ। ਦਰਅਸਲ ਵਿਧਾਇਕ ਦੇ ਉੱਤੇ ਇੱਕ ਨੌਜਵਾਨ ਨੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾ ਕੇ ਲੋਕਪਾਲ ਨੂੰ ਲਿਖਤ ਸ਼ਿਕਾਇਤ ਦਿੱਤੀ ਸੀ ਜਿਸ ਦੇ ਉੱਤੇ ਵਿਧਾਇਕ ਅਤੇ ਉਹਨਾਂ ਦੇ ਪਰਿਵਾਰ ਦੇ ਹੋਰ 3 ਮੈਂਬਰਾਂ ਨੂੰ ਨੋਟਿਸ ਭੇਜਿਆ ਗਿਆ ਹੈ। ਕਰਪਸ਼ਨ ਦੇ ਨਾਲ ਨਾਲ ਜਿਹੜੀ ਇਨਕਰੋਚਮੈਂਟ ਹੈ ਐਕਸਟੋਰਸ਼ਨ ਹੈ ਉਸਦੇ ਵੀ ਐਲੀਗੇਸ਼ਨ ਲਗਾਏ ਗਏ ਨੇ ਔਰ ਇਹ ਵੀ ਹੈ ਕਿ ਜੋ ਇੱਕ ਪਟਵਾਰੀ ਹੈ ਉਸ 'ਤੇ ਜਿਸ 'ਤੇ 25 ਲੱਖ ਦੇ ਦੋਸ਼ ਨੇ ਉਸਨੂੰ ਐਕਸਟੋਰਟ ਕਰਨ ਦੇ ਐਲੀਗੇਸ਼ਨ ਨੇ ਔਰ ਨਾਲ ਹੀ ਲੋਕਪਾਲ ਵੱਲੋਂ ਇਹ ਕਿਹਾ ਗਿਆ ਕਿ ਲੋਕਪਾਲ ਐਕਟ ਦੇ ਤਹਿਤ ਕਿਉਂ ਨਾ ਕਾਰਵਾਈ ਕੀਤੀ ਜਾਏ। ਸ਼ਿਕਾਇਤਕਰਤਾ ਨੇ ਖੁਦ ਨੂੰ ਵਿਧਾਇਕ ਦਾ ਕਰੀਬੀ ਦੱਸਿਆ ਹਾਲਾਂਕਿ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਖੁਦ ਦੇ ਉੱਤੇ ਲੱਗੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ ਅਤੇ ਸ਼ਿਕਾਇਤਕਰਤਾ ਦੇ ਕਰੀਬੀ ਹੋਣ ਦੀ ਗੱਲ ਨੂੰ ਵੀ ਖਾਰਿਜ ਕਰ ਦਿੱਤਾ। ਉਧਰ ਸੁਨਾਮ ਦੀ ਅਦਾਲਤ ਦੇ ਵੱਲੋਂ ਪਰਿਵਾਰਕ ਝਗੜੇ ਦੇ ਵਿੱਚ ਸੁਣਾਈ ਗਈ 2 ਸਾਲ ਦੀ ਸਜ਼ਾ ਦੇ ਫੈਸਲੇ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਅਤੇ ਸੰਗਰੂਰ ਦੀ ਅਦਾਲਤ ਵਿੱਚ 15 ਸਾਲ ਪੁਰਾਣੇ ਕੇਸ ਦੇ ਵਿੱਚ ਹੋਈ ਸਜ਼ਾ ਦੇ ਖਿਲਾਫ ਪਟੀਸ਼ਨ ਦਾਖਲ ਕੀਤੀ ਗਈ। ਦੱਸ ਦਈਏ ਕਿ 15 ਸਾਲ ਪੁਰਾਣੇ ਮਾਮਲੇ 'ਚ ਸੁਨਾਮ ਅਦਾਲਤ ਨੇ ਅਮਨ ਅਰੋੜਾ ਅਤੇ ਉਹਨਾਂ ਦੀ ਮਾਤਾ ਦੇ ਨਾਲ ਹੀ ਕੁੱਲ 9 ਲੋਕਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। 8 ਤਾਰੀਖ ਨੂੰ ਫਾਈਲ ਕੀਤੀ, 9 ਨੂੰ ਦਾ ਨੋਟਿਸ ਹੋ ਗਿਆ। ਕਨਵਿਕਸ਼ਨ ਐਂਡ ਸੈਂਟੈਂਸ ਦਾ ਜਿਹੜਾ ਹੈਗਾ ਉਹਦੇ ਨੋਟਿਸ ਹੋਇਆ, ਸ਼ਾਰਟ ਡੇਟ 15/1/2024 ਲੱਗੀ ਹੈ। ਦਰਅਸਲ 2008 ਦੇ ਵਿੱਚ ਆਪਣੇ ਜੀਜਾ ਰਾਜਿੰਦਰ ਦੀਪਾ ਦੇ ਨਾਲ ਪ੍ਰਾਪਰਟੀ ਨੂੰ ਲੈ ਕੇ ਅਮਨ ਅਰੋੜਾ ਦਾ ਝਗੜਾ ਹੋਇਆ ਜਿਸ ਦੇ ਵਿੱਚ ਕ੍ਰਾਸ FIR ਦਰਜ ਕੀਤੀਆਂ ਗਈਆਂ ਅਤੇ ਅਮਨ ਅਰੋੜਾ ਦੇ ਨਾਲ ਉਹਨਾਂ ਦੇ ਸਾਥੀਆਂ ਨੂੰ ਅਦਾਲਤ ਨੇ ਸਜ਼ਾ ਹੁਣ ਸੁਣਾਈ ਸੀ। ਇੱਕ ਹੋਰ ਅਹਿਮ ਖਬਰ ਦਾ ਰੁਖ ਕਰਦੇ ਹਾਂ, ਚੰਡੀਗੜ੍ਹ ਦੇ ਨਾਲ ਜੁੜੀ ਹੋਈ ਹੈ। ਚੰਡੀਗੜ੍ਹ ਮੇਅਰ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਇੱਕ ਵੱਡਾ ਸਿਆਸੀ ਤੁਸੀਂ ਉਠਾ ਪਟਕ ਕਹਿ ਸਕਦੇ ਹੋ ਜਾਂ ਸਿਆਸੀ ਸਮੀਕਰਨ ਬਦਲਦੇ ਹੋਏ ਨਜ਼ਰ ਆ ਰਹੇ ਨੇ ਉਹ ਕਹਿ ਸਕਦੇ ਹੋ। ਚੰਡੀਗੜ੍ਹ ਮੇਅਰ ਦੀ ਚੋਣ ਤੋਂ ਪਹਿਲਾਂ ਇੱਕ ਵੱਡੀ ਗੇਮ ਹੁੰਦੀ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਪਾਰਸ਼ਦ ਕੌਂਸਲਰ BJP ਦੇ ਵਿੱਚ ਸ਼ਾਮਲ ਹੋ ਗਏ ਨੇ। ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਲਖਬੀਰ ਸਿੰਘ, ਉਹਨਾਂ ਨੇ ਪਾਰਟੀ ਬਦਲ ਲਈ ਹੈ। ਕਿਰਨ ਖੇਰ ਦੀ ਮੌਜੂਦਗੀ ਦੇ ਵਿੱਚ ਉਹ ਸ਼ਾਮਿਲ ਹੋਏ ਨੇ। ਕਿਰਨ ਖੇਰ ਚੰਡੀਗੜ੍ਹ ਤੋਂ MP ਨੇ ਔਰ BJP ਦੇ ਨਾਲ ਸੰਬੰਧ ਰੱਖਦੇ ਨੇ। ਇਸ ਮਹੀਨੇ ਹੀ ਨਵੇਂ ਮੇਅਰ ਦੀ ਚੋਣ ਹੋਣੀ ਹੈ ਔਰ ਕਾਬਲੇ ਗੌਰ ਇਹ ਵੀ ਹੈ ਕਿ ਇਸ ਹਲਚਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ ਕੌਂਸਲਰ ਦੀ ਇੱਕ ਹੰਗਾਮੀ ਬੈਠਕ ਵੀ ਸੱਦ ਲਈ ਹੈ। ਕਾਬਲੇ ਗੌਰ ਇਹ ਵੀ ਹੈ ਕਿ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਇਲੈਕਸ਼ਨ ਹੋਏ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਜਿੱਤੇ ਤਾਂ ਫਿਰ ਅਰਵਿੰਦ ਕੇਜਰੀਵਾਲ ਵੀ ਇੱਥੇ ਪਹੁੰਚੇ ਹੋਏ ਸਨ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਪਣੇ ਕੌਂਸਲਰ ਨੂੰ ਇੱਕ ਤਰੀਕੇ ਨਾਲ ਸਹੁੰ ਚੁਕਾਈ ਸੀ ਕਿ ਉਹ ਪਾਰਟੀ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਣਗੇ। ਖੈਰ BJP ਦਾ ਮੇਅਰ ਬਣ ਗਿਆ ਪਰ ਹੁਣ ਇੱਕ ਵਾਰ ਫਿਰ ਤੋਂ ਮੇਅਰ ਦੀ ਚੋਣ ਹੈ ਔਰ ਮੇਅਰ ਦੀ ਚੋਣ ਤੋਂ ਪਹਿਲਾਂ ਇੱਕ ਵੱਡੀ ਸਿਆਸੀ ਹਲਚਲ ਲਾਜ਼ਮੀ ਤੌਰ ਦੇ ਉੱਤੇ ਹੁੰਦੀ ਹੋਈ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਪਹੁੰਚ ਚੁੱਕੇ ਨੇ BJP ਵਾਲੇ ਪਾਸੇ, ਕਿਰਨ ਖੇਰ ਨੇ ਵੈਲਕਮ ਕੀਤਾ। ਇਨਫੈਕਟ ਕਿਰਨ ਖੇਰ ਦੇ ਲਈ ਵੀ ਇਹ ਇਲੈਕਸ਼ਨ ਮੇਅਰ ਵਾਲੀ ਬਹੁਤ ਵੱਡੀ ਇਸ ਕਰਕੇ ਹੈ ਕਿਉਂਕਿ 2024 ਦਾ ਇਲੈਕਸ਼ਨ ਜ਼ਿਆਦਾ ਦੂਰ ਨਹੀਂ। ਪਾਰਟੀ ਨੇ ਟਿਕਟ ਅਜੇ ਅਨਾਊਂਸ ਨਹੀਂ ਕੀਤੀ ਪਰ ਟਿਕਟ ਦੀ ਦਾਅਵੇਦਾਰੀ ਮੇਅਰ ਦੀ ਕੁਰਸੀ ਦੇ ਨਾਲ ਹੋਰ ਪੱਕੀ ਹੁੰਦੀ ਹੋਈ ਸ਼ਾਇਦ ਨਜ਼ਰ ਆਉਂਦੀ ਹੋਵੇ ਕਿਰਨ ਖੇਰ ਨੂੰ। ਔਰ ਇਸ ਸਮੇਂ ਜਿਹੜੇ
ਚੰਡੀਗੜ੍ਹ ਦੇ ਵਿੱਚ ਮੌਜੂਦਾ ਗਣਿਤ ਕੀ ਹੈ ਨਗਰ ਨਿਗਮ ਦਾ, ਉਹ ਵੀ ਸਮਝੋ। ਆਮ ਆਦਮੀ ਪਾਰਟੀ ਦੇ ਕੋਲ 12 ਮਿਊਂਸੀਪਲ ਜਿਹੜੇ ਕੌਂਸਲਰਸ ਨੇ, ਔਰ ਉਸ ਤੋਂ ਬਾਅਦ ਬੀਜੇਪੀ ਦੀ ਗੱਲ ਕਰੀਏ ਤਾਂ 15 ਕੌਂਸਲਰਸ ਨੇ, ਇੱਕ ਹੁਣ ਐਮਪੀ ਦੀ ਵੋਟ ਵੀ ਉਹਨਾਂ ਦੇ ਕੋਲ ਜਾਏਗੀ ਕਿਰਨ ਖੇਰ ਵਾਲੀ, ਔਰ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਇੱਕ ਅਤੇ ਕਾਂਗਰਸ ਦੇ ਕੋਲ 7। ਤਾਂ ਹੁਣ ਸਮੀਕਰਨ ਕਿਸ ਤਰੀਕੇ ਨਾਲ ਬਣਦੇ ਨੇ, ਇਹ ਵੀ ਕਾਬਲੇ ਗੌਰ ਹੈ ਕਿ ਪਿਛਲੀ ਵਾਰ ਜਿਹੜੀਆਂ ਹੋਰ ਪਾਰਟੀਆਂ ਨੇ ਕਾਂਗਰਸ ਅਕਾਲੀ ਦਲ ਉਹਨਾਂ ਦੇ ਵੱਲੋਂ ਵਾਕਆਊਟ ਕਰ ਦਿੱਤਾ ਗਿਆ ਸੀ, ਇਸ ਕਰਕੇ ਬੀਜੇਪੀ ਦੇ ਕੋਲ ਇਹ ਸੀਟ ਚਲੀ ਗਈ ਸੀ ਮੇਅਰ ਵਾਲੀ। ਤਾਂ ਇੱਕ ਵਾਰ ਫਿਰ ਤੋਂ ਬੀਜੇਪੀ ਦੇ ਕੋਲ ਸਮੀਕਰਨ ਬਣਦੇ ਹੋਏ ਨਜ਼ਰ ਆ ਸਕਦੇ ਨੇ, ਔਰ ਫਿਲਹਾਲ ਆਮ ਆਦਮੀ ਪਾਰਟੀ ਦਾ ਅਗਲਾ ਸਟੈਪ ਕੀ ਹੁੰਦਾ ਉਸਦੇ ਉੱਤੇ ਸਭ ਦੀ ਨਜ਼ਰ ਬਣੀ ਹੋਈ। ਅਗਲੀ ਖਬਰ ਹੈ ਮੋਹਾਲੀ ਤੋਂ। ਮੋਹਾਲੀ ਦੇ ਪਿੰਡ ਤੀੜਾ ਦੇ ਵਿੱਚ ਹਾਦਸਾ ਹੋਇਆ ਹੈ, ਕਈ ਸਿਲੰਡਰ ਫਟਣ ਕਰਕੇ ਹਾਦਸਾ ਵਾਪਰਿਆ, ਸਿਲੰਡਰ ਫਟਣ ਕਰਕੇ ਗੋਦਾਮ ਦਾ ਲੈਂਟਰ ਵੀ ਡਿੱਗ ਗਿਆ। ਤਾਂ ਕੈਟਰਿੰਗ ਦੇ ਗੋਦਾਮ ਦੇ ਵਿੱਚ ਸਿਲੰਡਰ ਪਏ ਸਨ ਅਤੇ ਇੱਕ ਸਿਲੰਡਰ ਨੂੰ ਅੱਗ ਲੱਗੀ, ਕਿਸੇ ਤਰੀਕੇ ਦੇ ਨਾਲ ਕਿਵੇਂ ਲੱਗੀ ਹੁਣ ਤੱਕ ਸਾਫ਼ ਨਹੀਂ ਹੋ ਸਕਿਆ, ਅਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਿਲੰਡਰ ਨੂੰ ਅੱਗ ਲੱਗਦੀ ਗਈ ਅਤੇ ਫਿਰ ਇਹ ਪੂਰਾ ਜਿਹੜਾ ਲੈਂਟਰ ਸੀ ਉਹ ਵੀ ਡਿੱਗ ਗਿਆ। ਕਈ ਸਿਲੰਡਰ ਫਟਣ ਦੀ ਵਜ੍ਹਾ ਦੇ ਨਾਲ ਇਹ ਹਾਦਸਾ ਵਾਪਰਿਆ, ਸਿਲੰਡਰ ਫਟਣ ਕਰਕੇ ਗੋਦਾਮ ਦਾ ਲੈਂਟਰ ਡਿੱਗ ਗਿਆ ਹੈ। ਹਾਲਾਂਕਿ ਫਿਲਹਾਲ ਰਾਹਤ ਦੀ ਖਬਰ ਇਹ ਹੈ ਕਿ ਕੋਈ ਜਾਨੀ ਨੁਕਸਾਨ ਕਿਸੇ ਤਰੀਕੇ ਦੀ ਕੋਈ ਖਬਰ ਸਾਡੇ ਕੋਲ ਨਹੀਂ ਹੈ। ਹਾਲਾਂਕਿ ਅੱਗ ਅੰਦਰ ਕਿਵੇਂ ਲੱਗੀ, ਸਿਲੰਡਰਾਂ ਤੱਕ ਕਿਵੇਂ ਪਹੁੰਚੀ, ਕਿੰਨੇ ਉੱਥੇ ਸਿਲੰਡਰ ਪਏ ਸੀ, ਇਹ ਸਾਰਾ ਕੋਈ ਜਾਂਚ ਦਾ ਵਿਸ਼ਾ ਜ਼ਰੂਰ ਹੋ ਸਕਦਾ ਹੈ। ਮਨੋਜ ਰਾਠੀ ਸਾਡੇ ਸਹਿਯੋਗੀ ਇਸ ਸਮੇਂ ਫੋਨ ਲਾਈਨ 'ਤੇ ਨੇ। ਮਨੋਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ, ਇਹ ਗੋਦਾਮ ਕਿਵੇਂ ਡਿੱਗਿਆ, ਉੱਥੇ ਕੋਈ ਮੌਜੂਦ ਸੀ ਉਸ ਸਮੇਂ ਜਾਂ ਨਹੀਂ ਸੀ, ਪੂਰੀ ਇਨਫੋਰਮੇਸ਼ਨ? ਬਿਲਕੁਲ ਗੌਰਵ, ਕਹਿ ਸਕਦੇ ਹਾਂ ਕਿ ਵੱਡਾ ਹਾਦਸਾ ਹੋਇਆ। ਇਹ ਬਿਲਕੁਲ ਮੁੱਲਾਪੁਰ ਦੇ ਨੇੜੇ ਇੱਕ ਪਿੰਡ ਹੈ ਤੀੜਾ, ਇਹ ਉੱਥੇ ਦਾ ਇਹ ਪੂਰਾ ਵਾਕਿਆ ਹੈ। ਥੋੜੀ ਦੇਰ ਪਹਿਲਾਂ ਦਾ ਹੀ ਹੈ, ਇੱਕ ਗੋਡਾਊਨ ਬਣਿਆ ਹੋਇਆ ਹੈ, ਕੈਟਰਿੰਗ ਦਾ ਸਮਾਨ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਰੱਖਿਆ ਜਾਂਦਾ ਹੈ, ਕਿ ਕੈਟਰਿੰਗ ਦਾ ਸਮਾਨ ਇੱਥੇ ਰੱਖਿਆ ਹੋਇਆ ਸੀਗਾ। ਹਾਲਾਂਕਿ 810 ਸਿਲੰਡਰ ਇਹਦੇ ਵਿੱਚ ਰੱਖੇ ਹੋਏ ਸੀ ਜਦ ਇਹ ਪੂਰੀ ਘਟਨਾ ਹੋਈ ਹੈ, ਤੇ ਅਚਾਨਕ ਬਲਾਸਟ ਹੋਇਆ, ਤੇ ਤਸਵੀਰਾਂ ਵੀ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਵੱਡਾ ਬਲਾਸਟ ਹੋਏਗਾ, ਕਿ ਪੂਰਾ ਜਿੰਨਾ ਵੀ ਲੈਂਟਰ ਸੀ ਉਹ ਪੂਰਾ ਡਿੱਗ ਪਿਆ। ਹਾਲਾਂਕਿ ਇਹ ਗਨੀਮਤ ਰਹੀ ਕਿ ਇਹ ਜਿਹੜਾ ਗੋਡਾਊਨ ਬਣਿਆ ਹੋਇਆ ਹੈ, ਇਹ ਥੋੜਾ ਨੇੜੇ ਤੇੜੇ ਦੇ ਕੋਈ ਜ਼ਿਆਦਾ ਰੈਸੀਡੈਂਸ ਨਹੀਂ ਹੈ ਜਾਂ ਫਿਰ ਜ਼ਿਆਦਾ ਪਾਪੂਲੇਟਿਡ ਨਹੀਂ ਹੈ, ਇਸ ਕਰਕੇ ਕੋਈ ਜਾਨੀ ਨੁਕਸਾਨ ਵੀ ਹਜੇ ਫਿਲਹਾਲ ਨਹੀਂ ਹੈ। ਲੇਕਿਨ ਮੌਕੇ ਤੇ ਪਹੁੰਚ ਕੇ ਪੁਲਿਸ ਤੇ ਫਾਇਰ ਦੀ ਗੱਡੀਆਂ ਨੇ ਪੂਰਾ ਇਹ ਘੇਰਾ ਪਾ ਲਿਆ, ਔਰ ਦੇਖਿਆ ਜਾ ਰਿਹਾ ਕਿ ਕੋਈ ਅੰਦਰ ਤਾਂ ਮੌਜੂਦ ਨਹੀਂ ਹੈ, ਕਿਉਂਕਿ ਅਨੁਭਵ ਦੱਸਿਆ ਜਾ ਰਿਹਾ ਕਿ ਪੂਰਾ ਗੋਡਾਊਨ ਬਣਾਇਆ ਹੋਇਆ ਸੀ, ਗੋਡਾਊਨ ਏਰੀਆ ਸੀ ਜਿਹਦੇ ਵਿੱਚ ਕੈਟਰਿੰਗ ਦਾ ਸਮਾਨ ਰੱਖਿਆ ਹੋਇਆ ਸੀ, ਔਰ ਚੰਡੀਗੜ੍ਹ ਦੀ ਇੱਕ ਇੱਥੇ ਸ਼ੌਪ ਹੈ ਜਿੱਥੇ ਕੈਟਰਿੰਗ ਚੱਲਦੀ ਹੈ, ਉਸੇ ਦਾ ਇਹ ਪੂਰਾ ਗੋਡਾਊਨ ਸੀ। ਇਹ ਮੋਹਾਲੀ ਦੇ ਮੁੱਲਾਪੁਰ ਦੇ ਤੀੜਾ ਪਿੰਡ 'ਚ ਇਹ ਪੈਂਦਾ ਹੈ ਜਿੱਥੇ ਇਹ ਪੂਰਾ ਵਾਕਿਆ। ਹਾਲਾਂਕਿ ਮੌਕੇ ਤੇ ਹੁਣ ਫਾਇਰ ਦੀ ਗੱਡੀਆਂ, ਰੈਸਕਿਊ ਟੀਮ ਇੱਥੇ ਪਹੁੰਚ ਕੇ ਪੂਰਾ ਇਹ ਮਲਬਾ ਇਕੱਠਾ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਦੇਖਿਆ ਜਾ ਰਿਹਾ ਕਿ ਅੰਦਰ ਤਾਂ ਨਹੀਂ ਕੋਈ ਮੌਜੂਦ ਸੀ ਜਾਂ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੈ। ਹਾਲਾਂਕਿ ਕਾਫੀ ਜ਼ਿਆਦਾ ਸਮਾਨ ਅੰਦਰ ਸੀਗਾ ਜੋ ਕਿ ਪੂਰਾ ਖਤਮ ਹੋ ਚੁੱਕਿਆ, ਡੈਮੇਜ ਹੋ ਚੁੱਕਿਆ, ਤੇ ਹੁਣ ਦੇਖਿਆ ਜਾ ਰਿਹਾ ਕਿ ਕੋਈ ਅੰਦਰ ਮਜ਼ਦੂਰ ਜਾਂ ਫਿਰ ਜਿਹੜੀ ਅੰਦਰ ਦੇ ਜਿਹੜੇ ਇੱਥੇ ਲੋਕ ਰਹਿੰਦੇ ਨੇ ਜਾਂ ਫਿਰ ਗੋਡਾਊਨ ਏਰੀਆ ਦੇ ਵਿੱਚ ਜਿਹੜਾ ਕੇਅਰ ਟੇਕਰ ਹੈ ਉਹ ਕਿੱਥੇ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਇਨਫੋਰਮੇਸ਼ਨ ਲਿੱਤੀ ਜਾਂਦੀ ਜੀ। ਚਲੋ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਲਈ। ਤਾਂ ਲਾਜ਼ਮੀ ਤੌਰ 'ਤੇ ਇਨਵੈਸਟੀਗੇਸ਼ਨ ਜਾਰੀ ਰਹੇਗੀ ਅਤੇ ਅੱਗੇ ਪਤਾ ਲੱਗੇਗਾ ਕਿ ਆਖਿਰ ਪੂਰਾ ਹਾਦਸਾ ਹੋਇਆ ਕਿਵੇਂ, ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਚੀਜ਼ਾਂ ਇਸ ਪੂਰੇ ਹਾਦਸੇ ਦੇ ਵਿੱਚ ਕਲੀਅਰ ਹੋਣਗੀਆਂ।